ਅਜਨਾ ਜੀ, ਮੈਂ ਤੁਹਾਡੇ ਨਾਲ ਇੱਕ ਯੂਨੀਕ ਰੈਸਪੀ ਸ਼ੇਅਰ ਕਰਨ ਲੱਗਾ ਵਾਂ। ਬਿਲਕੁਲ ਯੂਨੀਕ, ਤੁਸੀਂ ਪਹਿਲੇ ਯੂਟਿਊਬ 'ਤੇ ਨਹੀਂ ਵੇਖੀ ਹੋਣੀ। ਪਿਆਜ਼ ਸਾਡਾ ਜਿਹੜਾ ਨਾ ਜੀ ਬਿਲਕੁਲ ਬਰਾਊਨ ਹੋ ਗਿਆ, ਇਹਨੂੰ ਬਲੈਕ ਨਹੀਂ ਹੋਣ ਦੇਣਾ। ਨਾਲ ਹੀ ਅਸੀਂ ਜਿਹੜੇ ਨਾ ਜੀ ਇੱਥੇ ਆਲੂ ਪਾ ਦੇਣੇ ਨੇ, ਅਤੇ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਜੀ। ਜਦੋਂ ਅਸੀਂ ਮਿਰਚ ਪਾਣੀ ਹੈ ਨਾ, ਉਸ ਤੋਂ ਬਾਅਦ ਫਿਰ ਅਸੀਂ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਇਹਨੂੰ ਇੱਕ ਸਾਰੇ ਨੂੰ ਮਿਕਸ ਕਰ ਲੈਣਾ। ਇਹਨੂੰ ਅਸੀਂ ਫੁੱਲ ਆਂਚ 'ਤੇ ਜਿਹੜਾ ਨਾ ਜੀ ਉਬਾਲਾ ਦੇਵਾਂਗੇ। ਅੱਛਾ, ਇੱਥੇ ਅਸੀਂ ਹਾਲੇ ਇਹਦਾ ਨਮਕ ਜਿਹੜਾ ਨਾ ਜੀ ਨਹੀਂ ਚੈੱਕ ਕਰਨਾ। ਜਿੰਨੀ ਦੇਰ ਅਸੀਂ ਇਹਦੇ ਵਿੱਚ ਚਾਵਲ ਨਹੀਂ ਪਾ ਲੈਣੇ, ਅਸੀਂ ਇਹਦਾ ਨਮਕ ਜਿਹੜਾ ਨਾ ਚੈੱਕ ਨਹੀਂ ਕਰਨਾ। ਮਾਸ਼ਾਅੱਲਾ, ਸੁਭਾਨ ਅੱਲਾ ਜੀ, ਸੁਭਾਨ ਅੱਲਾ, ਸੁਭਾਨ ਅੱਲਾ। ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਵਿਡਿਆਈ ਵਿਡਿਆਈ ਨਹੀਂ ਲੈ ਰਿਹਾ ਮੈਂ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਪਰਵਰਦਿਗਾਰ ਦੀਆਂ ਰਹਿਮਤਾਂ, ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਬੇਗਮ ਸਾਹਿਬਾ ਦੀ ਤਬੀਅਤ ਤੁਹਾਨੂੰ ਪਤਾ ਹੈ, ਔਰ ਉਹਦੀ ਵਜ੍ਹਾ ਤੋਂ ਹੀ ਉਹ ਉੱਥੇ ਮੇਕੇ 'ਚ ਬੈਠੀ ਹੋਈ ਹੈ, ਬੱਚੇ ਵੀ ਉਹਦੇ ਨਾਲ ਨੇ। ਮੈਂ ਵਾਪਸ ਘਰ ਆ ਗਿਆ ਕਿਉਂਕਿ ਘਰ ਇਕੱਲਾ ਸੀ ਬਿਲਕੁਲ, ਔਰ ਇੰਨੇ ਜ਼ਿਆਦਾ ਦਿਨ ਜਿਹੜਾ ਨਾ ਘਰ ਖਾਲੀ ਨਹੀਂ ਰੱਖਿਆ ਜਾ ਸਕਦਾ, ਅਤੇ ਇਸ ਵਜ੍ਹਾ ਤੋਂ ਮੈਂ ਆ ਗਿਆ ਵਾਪਸ। ਮੈਂ ਕਿਹਾ ਜਿਹੜੇ 2-3 ਦਿਨ 4 ਦਿਨ ਹੈ ਉਹ ਮੈਂ ਘਰ ਗੁਜ਼ਾਰਨਾ ਵਾਂ, ਔਰ ਉਸ ਤੋਂ ਬਾਅਦ ਜਾ ਕੇ ਫਿਰ ਜਿਹੜਾ ਨਾ ਬੇਗਮ ਨੂੰ ਜੁਆਇਨ ਕਰ ਲਾਂਗੇ। ਔਰ ਇਨਸ਼ਾਅੱਲਾ ਤੁਸੀਂ ਦੁਆ ਕਰੋ ਕਿ ਅੱਲਾਹ ਤਾਲਾ ਖੈਰੀ ਸਾਰਾ ਜਿਹੜਾ ਨਾ ਪ੍ਰੋਸੈਸ ਮੁਕੰਮਲ ਹੋਵੇ, ਅਤੇ ਇਨਸ਼ਾਅੱਲਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੀਡੀਓ ਜਿਹੜੀਆਂ ਨਾ ਸ਼ੇਅਰ ਕਰਾਂਗੇ। ਮੈਂ ਥੱਕ ਗਿਆ ਸੀ, ਮੈਂ ਕਿਹਾ ਯਾਰ ਮੈਂ ਜਾ ਰਿਹਾ ਆ ਰਿਹਾ, ਹਸਪਤਾਲ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਅਤੇ ਕਰ ਕਰਕੇ ਨਾ ਮੈਂ ਕਿਹਾ ਯਾਰ ਡਰਾਮਾ ਬਣਿਆ ਕਿ ਇੱਕ ਡਾਕਟਰ ਕੋਲ ਜਾਈਦਾ ਉਹ ਕੁਛ ਹੋਰ ਦੱਸਦਾ ਵਾ, ਦੂਸਰੇ ਕੋਲ ਜਾਈਦਾ ਕੁਛ ਹੋਰ ਦੱਸਦਾ ਵਾ, ਤੀਸਰੇ ਕੋਲ ਜਾਈਦਾ ਕੁਛ ਹੋਰ ਦੱਸਦਾ ਵਾ, ਅਤੇ ਮੈਂ ਕਿਹਾ ਵੀ ਜਦੋਂ ਅੱਲਾਹ ਦਾ ਹੁਕਮ ਹੋਣਾ ਨਾ ਉਦੋਂ ਹੋ ਜਾਣਾ, ਅਤੇ ਜਦੋਂ ਹੋ ਜਾਏਗਾ ਨਾ ਉਦੋਂ ਆਪਣੇ ਭੈਣ ਭਾਈ ਨਾਲ ਸ਼ੇਅਰ ਕਰਾਂਗਾ ਕਿ ਮੇਰੇ ਭੈਣ ਭਾਈ ਬੋਰ ਨਾ ਹੋ ਜਾਣਗੇ ਸਭ ਤਰ ਅੱਜ ਤੂੰ ਲੈ ਕੇ ਜਾ ਰਿਹਾ ਸੀ ਅਤੇ ਫਿਰ ਤੂੰ ਕਹਿ ਰਿਹਾ ਲੈ ਹਫ਼ਤਾ ਰਹਿੰਦਾ, ਡਰਾਮਾ ਲਾਈ ਖਲੇ ਜੇ ਸੀ, ਖੁਦ ਡਰਾਮਾ ਬਣ ਗਏ ਆ। ਇਸ ਵਜ੍ਹਾ ਤੂੰ ਮੈਂ ਕਿਹਾ ਵੀ ਇਹ ਡਰਾਮਾ ਖਤਮ ਕਰਨੇ ਆ, ਜਦੋਂ ਅੱਲਾਹ ਦਾ ਹੁਕਮ ਹੋਏਗਾ ਨਾ ਉਦੋਂ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਪ੍ਰੋਪਰ ਕਰਾਂਗੇ ਇਨਸ਼ਾਅੱਲਾ। ਅਤੇ ਹੁਣ ਜਿਹੜਾ ਨਾ ਜੀ ਪ੍ਰੋਸੈਸ ਕਰਨ ਲੱਗਾ ਵਾ ਖਾਣ ਪੀਣ ਦਾ। ਪਹਿਲੇ ਤਾਂ ਮੈਂ ਲੈ ਕੇ ਆਇਆ ਸੀ ਜੀ ਸਬਜ਼ੀ, ਮੈਂ ਕਿਹਾ ਸਬਜ਼ੀ ਪਕਾਉਂਦੇ ਆ, ਕੱਦੂ ਲਿਆਂਦੇ ਸੀ, ਟਮਾਟਰ ਵਗੈਰਾ ਮਿਰਚਾਂ ਵਗੈਰਾ ਬਾਹਰੋਂ ਲੈ ਆਇਆ ਸੀ, ਦਾਲ ਚਨਿਆਂ ਦੀ ਕਰ ਪਈ ਸੀ, ਮੈਂ ਕਿਹਾ ਕੱਦੂਆਂ 'ਚ ਦਾਲ ਪਾ ਲਾਂਗੇ। ਫਿਰ ਮੇਰੇ ਇਰਾਦਾ ਬਣਿਆ ਕਿ ਯਾਰ ਨਾ ਕੱਦੂ ਰਹਿਣ ਦਿੰਦੇ ਹਾਂ, ਕੱਦੂ ਅਸੀਂ ਪਕਾਵਾਂਗੇ ਕੱਲ੍ਹ ਦੁਪਹਿਰ ਨੂੰ, ਅੱਜ ਅਸੀਂ ਪਕਾ ਲੈਂਦੇ ਹਾਂ ਚਾਵਲ, ਚਾਵਲ ਜਲਦੀ ਪੱਕ ਜਾਣਗੇ। ਇਹ 2 ਚੀਜ਼ਾਂ ਪਕਾਉਣੀਆਂ ਪੈਣਗੀਆਂ, ਪਹਿਲੇ ਸਾਲਨ ਪਕਾਉਣਾ ਪਏਗਾ, ਫਿਰ ਪਕਾਉਣੀਆਂ ਪੈਣਗੀਆਂ ਰੋਟੀਆਂ। ਮੈਂ ਕਿਹਾ ਜੀ ਇਹਦੇ ਨਾਲ ਵੀ ਬਿਹਤਰ ਹੈ ਕਿ ਚਾਵਲ ਪਕਾ ਲੈਂਦੇ ਹਾਂ, ਔਰ ਚਾਵਲ ਜਿਹੜੇ ਨਾ ਉਹ ਹੁਣ ਵੀ ਖਾ ਲਾਂਗੇ, ਸੁਬਹਾ ਵੀ ਖਾ ਲਾਂਗੇ ਨਾਸ਼ਤੇ ਟਾਈਮ, ਕੱਲ ਦੁਪਹਿਰ ਟਾਈਮ ਜਿਹੜੀ ਹੈ ਨਾ ਜੀ ਸਬਜ਼ੀ ਬਣਾਵਾਂਗੇ। ਦੁਪਹਿਰ ਨੂੰ ਤਾਂ ਵੈਸੇ ਮੈਂ ਰੋਟੀ ਕੋਈ ਨਹੀਂ ਖਾਂਦਾ, ਲੇਕਿਨ ਸਾਲਨ ਅਸੀਂ ਜਿਹੜਾ ਨਾ ਦੁਪਹਿਰ ਨੂੰ ਬਣਾ ਲਾਂਗੇ, ਅਤੇ ਸਾਲਨ ਰਾਤ ਨੂੰ ਵੀ ਖਾਧਾ ਜਾਏਗਾ, ਕੁਛ ਸੁਬਹਾ ਨਾਸ਼ਤਾ ਵੀ ਹੋ ਜਾਏਗਾ, ਅਤੇ ਉਦੋਂ ਤੀਕਰ ਉਮੀਦ ਹੈ ਕਿ ਮੈਨੂੰ ਉਧਰੋਂ ਬੁਲਾਵਾ ਵੀ ਆ ਜਾਏਗਾ, ਅਤੇ ਫਿਰ ਆਪਾਂ ਨਿਕਲ ਜਾਣਾ। ਜੇ ਅਗਰ ਨਾ ਬੁਲਾਵਾ ਆਇਆ ਤਾਂ ਫਿਰ ਪਰਸੋਂ ਕੋਈ ਹੋਰ ਚੀਜ਼ ਬਣਾ ਲਾਂਗੇ। ਫਿਲਹਾਲ ਜੀ ਚਾਵਲ ਜਿਹੜੇ ਨਾ ਉਹ ਮੈਂ ਲੈ ਕੇ ਆਇਆ, ਚਾਵਲ ਜਿਹੜੇ ਨੇ ਨਾਪ ਲੈਂਦੇ ਹਾਂ ਜੀ। ਪਹਿਲੇ ਗਿਲਾਸ ਨਾਲ ਕਿੰਨੇ ਗਿਲਾਸ ਬਣਦੇ ਨੇ, ਅੱਧਾ ਕਿਲੋ ਚਾਵਲ ਹੈ ਮੇਰੇ ਖਿਆਲ ਹੈ, ਜ਼ਿਆਦਾ ਤੋਂ ਜ਼ਿਆਦਾ 1.5 ਗਿਲਾਸ ਬਣੇਗਾ, ਇਹਨੂੰ ਨਾਪ ਲੈਂਦੇ ਹਾਂ ਤਾਂ ਕਿ ਫਿਰ ਪਾਣੀ ਜਿਹੜਾ ਨਾ ਉਹ ਬਾਅਦ 'ਚ ਪਾਉਣਾ ਆਸਾਨ ਹੋ ਜਾਂਦਾ ਹੈ। ਚਾਵਲ ਮੈਂ ਨਾਪ ਲੈਣੇ ਜੀ, ਲੇਕਿਨ ਜਿੰਨੇ ਮੈਂ ਆਖੇ ਸੀ ਨਾ ਉਨੇ ਹੀ ਹੋਇਆ, 1.5 ਗਿਲਾਸ ਚਾਵਲਾਂ ਦਾ ਹੈ ਜੀ। ਇਹਨੂੰ ਅੱਛੀ ਤਰੀਕੇ ਨਾਲ ਨਾ ਸਾਫ਼ ਕਰਕੇ ਧੋ ਕੇ ਅਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਨਾ ਜੀ ਭਿਗੋ ਕੇ ਰੱਖ ਦਿੰਦੇ ਹਾਂ, ਇਹ ਜਿਹੜੇ ਇੰਨਾ ਭਿੱਜੇ ਰਹਿਣਗੇ, ਔਰ ਬਾਕੀ ਸਾਰਾ ਅਸੀਂ ਮਸਾਲਾ ਵਗੈਰਾ ਜਿਹੜਾ ਨਾ ਉਹ ਤਿਆਰ ਕਰ ਲਾਂਗੇ। ਅਲਹਮਦੁਲਿਲਾ ਜੀ ਚਾਵਲ ਜਿਹੜੇ ਨਾ ਜੀ ਉਹ ਭਿਗੋ ਕੇ ਰੱਖ ਦਿੱਤੇ ਨੇ, ਚਾਵਲ ਜਿਹੜੇ ਇੰਨਾ ਹੁਣ ਭਿੱਜੇ ਰਹਿਣਗੇ, ਬਾਕੀ ਜਿਹੜਾ ਇੰਨਾ ਚੀਜ਼ਾਂ ਤਿਆਰ ਕਰ ਲੈਂਦੇ ਹਾਂ। ਕੜਾਹੀ ਦੇ ਵਿੱਚ ਹੀ ਬਣਾਉਂਦੇ ਹਾਂ ਜੀ, ਜਾਂ ਫਿਰ ਉਹ ਵਾਲੀ ਦੇਜਕੀ ਪਈ ਆ ਉਹਦੇ 'ਚ ਬਣਾਉਂਦੇ ਹਾਂ, ਲੇਕਿਨ ਆਸਾਨੀ ਰਹੇਗੀ ਕੜਾਹੀ 'ਚ ਬਣਾਉਣਾ, ਔਰ ਕੜਾਹੀ ਨੂੰ ਫਿਰ ਧੋਣਾ ਵੀ ਆਸਾਨ ਹੈ। ਅਲਹਮਦੁਲਿਲਾ ਜੀ ਪਿਆਜ਼ ਵੀ ਕੱਟ ਕਰ ਲੈਣੇ ਜੀ, ਟਮਾਟਰ ਹਰੀ ਮਿਰਚ ਵੀ ਕੱਟ ਕਰ ਲਈਏ, ਆਲੂ ਵੀ ਕੱਟ ਕਰ ਲੈਣੇ, ਅਦਰਕ ਜਿਹੜੀ ਹੈ ਨਾ ਉਹ ਮੈਨੂੰ ਲਿਆਉਣੀ ਯਾਦ ਨਹੀਂ ਰਹੀ, ਔਰ ਲਸਣ ਮੈਨੂੰ ਲੱਭਦਾ ਨਹੀਂ ਪਿਆ ਕਿ ਉਹ ਰੱਖਿਆ ਬੇਗਮ ਨੇ ਕੀਤੀ ਆ, ਇਸ ਵਜ੍ਹਾ ਤੋਂ ਅਦਰਕ ਲਸਣ ਦੋਵੇਂ ਚੀਜ਼ਾਂ ਜਿਹੜੀਆਂ ਨਾ ਉਹ ਮਿਸ ਹੈ। ਲੇਕਿਨ ਉਹਦਾ ਮੁਤਬਾਦਲ ਜਿਹੜਾ ਹੈ ਨਾ ਜੀ, ਇਹ ਵਾਲੀਆਂ ਨਾ ਲਾਲ ਮਿਰਚਾਂ ਜਿਹੜੀਆਂ ਅਸੀਂ ਬਣਾ ਕੇ ਰੱਖਦੇ ਹਾਂ ਨਾ, ਇਹਦੇ ਵਿੱਚ ਹਰ ਚੀਜ਼ ਪਾਈ ਹੋਈ ਹੁੰਦੀ ਹੈ, ਇਹਦੇ ਵਿੱਚ ਲਸਣ ਵੀ ਪਾਇਆ ਹੋਇਆ, ਇਹਦੇ ਵਿੱਚ ਅਦਰਕ ਵੀ ਪਾਈ ਹੋਈ ਆ, ਇਹਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ
ਮਿਕਸ ਹੁੰਦੀਆਂ ਨੇ ਤੇ ਇਸ ਵਜ੍ਹਾ ਤੋਂ ਅਗਰ ਨਾ ਵੀ ਇੱਕ ਟਾਈਮ ਮਸਾਲੇ ਵਿੱਚ ਅਦਰਕ ਲਸਣ ਅਸੀਂ ਅਲੱਗ ਤੋਂ ਪਾਈਏ ਨਾ ਤੇ ਮਿਰਚਾਂ ਪਾਉਣ ਨਾਲ ਹੀ ਬਰਾਬਰ ਹੋ ਜਾਂਦਾ। ਤਿਆਰੀ ਜਿਹੜੀ ਨੇ ਜੀ ਸ਼ੁਰੂ ਕਰਨੇ ਆ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਪਿਆਜ਼ ਮੇਰੇ ਬਰਾਊਨ ਹੁੰਦੇ ਪਏ ਨਾ ਜੀ, ਇੱਥੇ ਅਸੀਂ ਜਿਹੜਾ ਨਾ ਜੀ ਨਮਕ ਲਾ ਦਿਆਂਗੇ। ਇੱਥੇ ਜਿਹੜਾ ਜ਼ਾਇਕਾ ਪਿਆਜ਼ਾਂ ਦਾ ਬਣਦਾ ਹੈ ਨਾ ਨਮਕ ਨਾਲ, ਤੁਸੀਂ ਕਦੀ ਪਾ ਕੇ ਵੇਖਿਆ ਜੇ ਤੁਹਾਨੂੰ ਪਤਾ ਲੱਗੇਗਾ ਕਿੰਨਾ ਪਿਆਰਾ ਜ਼ਾਇਕਾ ਆਏਗਾ ਜਦੋਂ ਤੁਸੀਂ ਪੁਲਾਵ ਖਾਓਗੇ। ਲੇਕਿਨ ਇਹ ਧਿਆਨ ਰੱਖਣਾ ਹੈ ਕਿ ਜਦੋਂ ਬਾਅਦ ਵਿੱਚ ਤੁਸੀਂ ਨਮਕ ਪੂਰਾ ਕਰਨਾ, ਚੱਖ ਕੇ ਪੂਰਾ ਕਰਨਾ ਵਾ, ਅੰਦਾਜ਼ੇ ਨਾਲ ਨਹੀਂ ਪਾ ਦੇਣਾ ਕਿਉਂਕਿ ਪਹਿਲੇ ਤੁਸੀਂ ਪਿਆਜ਼ਾਂ 'ਚ ਵੀ ਪਾਇਆ ਹੋਣਾ। ਅੱਜ ਨਾ ਜੀ ਮੈਂ ਤੁਹਾਡੇ ਨਾਲ ਇੱਕ ਯੂਨੀਕ ਰੈਸਪੀ ਸ਼ੇਅਰ ਕਰਨ ਲੱਗਾ ਵਾਂ, ਬਿਲਕੁਲ ਯੂਨੀਕ, ਤੁਸੀਂ ਪਹਿਲੇ ਯੂਟਿਊਬ 'ਤੇ ਨਹੀਂ ਵੇਖੀ ਹੋਣੀ। ਪਿਆਜ਼ ਸਾਡਾ ਜਿਹੜਾ ਨਾ ਜੀ ਬਿਲਕੁਲ ਬਰਾਊਨ ਹੋ ਗਿਆ, ਇਹਨੂੰ ਬਲੈਕ ਨਹੀਂ ਹੋਣ ਦੇਣਾ। ਨਾਲ ਹੀ ਅਸੀਂ ਜਿਹੜੇ ਨਾ ਜੀ ਇੱਥੇ ਆਲੂ ਪਾ ਦੇਣਾ ਨਾ। ਅਸੀਂ ਜਿਹੜਾ ਨਮਕ ਲਾਇਆ ਹੈ ਨਾ ਜੀ, ਉਸ ਨਮਕ ਨੇ ਆਲੂਆਂ ਦਾ ਵੀ ਜ਼ਾਇਕਾ ਡਿਵੈਲਪ ਕਰਨਾ ਹੈ ਔਰ ਪਿਆਜ਼ਾਂ ਦਾ ਜ਼ਾਇਕਾ ਵੀ ਡਿਵੈਲਪ ਕਰਨਾ ਹੈ। ਪਿਆਜ਼ ਔਰ ਆਲੂ ਜਿਹੜੇ ਨਾ ਜੀ ਇੱਥੇ ਥੋੜ੍ਹਾ ਜਿਹਾ ਅਸੀਂ ਕੁੱਕ ਕਰ ਲਾਂਗੇ। ਜਦੋਂ ਆਲੂ ਥੋੜ੍ਹੇ ਥੋੜ੍ਹੇ ਬਰਾਊਨੀ ਹੋ ਜਾਣ, ਫਿਰ ਅਸੀਂ ਜਿਹੜਾ ਨਾ ਜੀ ਟਮਾਟਰ ਵਗੈਰਾ ਔਰ ਬਾਕੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦੇਣੀਆਂ ਨੇ। ਆਲੂ ਨੂੰ ਇਸ ਕੰਡੀਸ਼ਨ ਵਿੱਚ ਲਿਆ ਕੇ ਨਾ ਜੀ ਫਿਰ ਅਸੀਂ ਇਹਦੇ ਵਿੱਚ ਟਮਾਟਰ ਐਡ ਕਰ ਦੇਣੇ ਨੇ। ਲੇਕਿਨ ਜਿੰਨੀ ਦੇਰ ਤੁਸੀਂ ਆਲੂ ਪਾਈ ਰੱਖਣੇ ਨੇ ਨਾ, ਚਮਚਾ ਜਿਹੜਾ ਨਾ ਉਹ ਤੁਹਾਡਾ ਹਿਲਦਾ ਹੀ ਰਹਿਣਾ ਚਾਹੀਦਾ, ਵਰਨਾ ਆਲੂ ਜਿਹੜੇ ਨਾ ਥੱਲੇ ਲੱਗ ਜਾਣਗੇ ਔਰ ਇੱਕ ਸਾਈਡ ਬਿਲਕੁਲ ਬਰਾਊਨ ਹੋ ਜਾਏਗੀ, ਦੂਸਰੀ ਸਾਈਡ 'ਤੇ ਆਲੂ ਜਿਹੜਾ ਨਾ ਉਹ ਵਾਈਟ ਵਾਈਟ ਹੀ ਰਹੇਗਾ। ਆਲੂ ਸਾਡੇ ਜਿਹੜੇ ਨਾ ਜੀ ਕਾਫੀ ਹੱਦ ਤੱਕ ਕੁੱਕ ਹੋ ਗਏ ਨੇ, ਜਿੰਨੇ ਕਿ ਅਸੀਂ ਕਰਨੇ ਨੇ 2-3 ਮਿੰਟ। ਹੁਣ ਇਹਦੇ ਵਿੱਚ ਟਮਾਟਰ ਔਰ ਹਰੀ ਮਿਰਚ ਜਿਹੜੀ ਹੈ ਨਾ ਜੀ ਉਹ ਐਡ ਕਰ ਦਿੰਦੇ ਹਾਂ। ਹਾਲੇ ਅਸੀਂ ਇਹਦੇ ਵਿੱਚ ਕੋਈ ਹੋਰ ਮਿਰਚ ਮਸਾਲਾ ਨਹੀਂ ਪਾਇਆ, ਅਸੀਂ ਇੱਥੇ ਹੀ ਟਮਾਟਰਾਂ ਨੂੰ ਥੋੜ੍ਹਾ ਜਿਹਾ ਗਲਾਵਾਂਗੇ ਔਰ ਉਸ ਤੋਂ ਬਾਅਦ ਫਿਰ ਬਾਕੀ ਮਿਰਚ ਮਸਾਲੇ ਜਿਹੜੇ ਨਾ ਉਹ ਐਡ ਕਰਾਂਗੇ। ਔਰ ਚਾਵਲ ਸਾਡੇ ਵੇਖਿਆ ਜੇ ਬਹੁਤ ਹੀ ਯੂਨੀਕ ਔਰ ਬਹੁਤ ਹੀ ਪਿਆਰੇ ਟੇਸਟੀ ਬਣਦੇ। ਜ਼ਿਆਦਾ ਅਸੀਂ ਟਮਾਟਰਾਂ ਨੂੰ ਵੀ ਨਹੀਂ ਗਲਣਾ ਜੀ, ਇੰਨੇ ਗਲ ਗਏ ਨੇ ਔਰ ਮਿਰਚ ਜਿਹੜੀ ਹੈ ਨਾ ਬਿਲਕੁਲ ਸਾਡੀ ਵਾਲੇ ਗ੍ਰੀਨ ਹੈ। ਇੱਥੇ ਹੀ ਅਸੀਂ ਜਿਹੜਾ ਨਾ ਜੀ ਬਾਕੀ ਮਸਾਲੇ ਐਡ ਕਰਨੇ ਆ। ਮਿਰਚ ਤੁਸੀਂ ਹਸਬੇ ਜ਼ਾਇਕਾ ਪਾ ਲੈਣੀ ਹੈ, ਅਸੀਂ ਇੰਨੀ ਕੁ ਪਾਵਾਂਗੇ। ਔਰ ਨਾਲ ਨਾਲ ਹਿਲਾਉਂਦੇ ਰਹਿਣਾ ਵਾ, ਪਾਣੀ ਅਸੀਂ ਹਾਲੇ ਤੀਕਰ ਇਹਦੇ ਵਿੱਚ ਨਹੀਂ ਪਾਇਆ। ਔਰ ਥੋੜ੍ਹੀ ਜਿਹੀ ਦਰਦਰਾ ਮਿਰਚ ਪਾ ਦਿੰਦੇ ਹਾਂ ਜੀ, ਇੱਥੇ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਜੀ। ਜਦੋਂ ਅਸੀਂ ਮਿਰਚ ਪਾਣੀ ਹੈ ਨਾ, ਉਸ ਤੋਂ ਬਾਅਦ ਫਿਰ ਅਸੀਂ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਇੱਕ ਸਾਰੇ ਨੂੰ ਮਿਕਸ ਕਰ ਲੈਣਾ। ਪਾਣੀ ਸਾਡਾ ਥੋੜ੍ਹਾ ਜਿਹਾ ਉਬਾਲ ਵਿੱਚ ਆਉਣ ਲੱਗ ਪਿਆ ਨਾ, ਤਾਂ ਅਸੀਂ ਇੱਥੇ ਜਿਹੜਾ ਜੀ ਬਿਰਿਆਨੀ ਮਸਾਲਾ ਥੋੜ੍ਹਾ ਜਿਹਾ ਐਡ ਕਰ ਦਿਆਂਗੇ, ਚਾਵਲਾਂ ਦੇ ਹਿਸਾਬ ਨਾਲ ਜਿੰਨੇ ਤੁਹਾਡੇ ਚਾਵਲ ਨੇ। ਹੁਣ ਇਹਨੂੰ ਅੱਛੇ ਤਰੀਕੇ ਨਾਲ ਹੱਲ ਕਰ ਦਿੰਦੇ ਹਾਂ ਜੀ। 2-3 ਹਰੀ ਮਿਰਚ ਜਿਹੜੀ ਹੈ ਅਚਾਰ ਵਾਲੀ ਹੈ ਨਾ ਜੀ, ਉਹ ਵੀ ਅਸੀਂ ਐਡ ਕਰ ਦੇਣੀਆਂ ਨੇ, ਜ਼ਿਆਦਾ ਨਹੀਂ ਕਰਨਾ। ਸਾਡੇ ਕੋਲ ਅਚਾਰ ਜਿਹੜਾ ਹੈ ਨਾ ਜੀ ਅੰਬ ਹੈ ਹੀ ਨਹੀਂ ਇਹਦੇ ਵਿੱਚ, ਇਸ ਵਜ੍ਹਾ ਤੋਂ ਸਿਰਫ ਮਿਰਚਾਂ ਨੇ, ਤਾਂ ਮੈਂ ਫਿਰ ਮਿਰਚਾਂ ਹੀ ਪਾਈਆਂ ਨੇ। ਜਿਹੜਾ ਅਸੀਂ ਮਸਾਲੇ ਨੂੰ ਪਾਣੀ ਲਾਇਆ ਨਾ ਜੀ, ਉਹ ਵਾਲਾ ਪਾਣੀ ਅਸੀਂ ਇੱਕ ਵਾਰੀ ਸਾਰਾ ਖੁਸ਼ਕ ਕਰ ਲੈਣਾ ਵਾ ਔਰ ਉਸ ਤੋਂ ਬਾਅਦ ਫਿਰ ਚਾਵਲਾਂ ਵਾਸਤੇ ਜਿਹੜਾ ਪਾਣੀ ਅਸੀਂ ਲਾਉਣਾ ਹੈ ਨਾ ਉਹ ਲਾਵਾਂਗੇ ਔਰ ਉਹਨੂੰ ਉਬਾਲ ਦੇ ਕੇ ਫਿਰ ਅਸੀਂ ਚਾਵਲ ਪਾ ਦੇਣੇ। ਖੁਸ਼ਕ ਧਨੀਆ ਤੁਸੀਂ ਐਡ ਕਰ ਸਕਦੇ ਹੋ, ਪੀਸਿਆ ਹੋਇਆ ਵੀ ਐਡ ਕਰ ਸਕਦੇ ਹੋ ਔਰ ਦੂਸਰਾ ਵੀ ਗਰਮ ਮਸਾਲਾ ਦੂਸਰਾ ਵੀ ਐਡ ਕਰ ਸਕਦੇ ਹੋ ਔਰ ਬਾਕੀ ਜਿੰਨੇ ਵੀ ਤੁਸੀਂ ਮਸਾਲੇ ਅਨਾਰਦਾਨਾ ਜਾਂ ਇਮਲੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਪਾਣੀਆਂ ਹੋਣ ਉਹ ਤੁਸੀਂ ਪਾ ਸਕਦੇ ਹੋ। ਮੇਰੇ ਕੋਲ ਅਵੇਲੇਬਲ ਵੀ ਨਹੀਂ ਹਨ ਔਰ ਮੈਂ ਉਹਨਾਂ ਵਿੱਚ ਕੁਝ ਚੀਜ਼ਾਂ ਪਾਣੀਆਂ ਵੀ ਨਹੀਂ। ਮੇਰੇ ਕੋਲ ਸਾਬਤ ਧਨੀਆ ਪਿਆ ਹੋਇਆ ਲੇਕਿਨ ਮੈਂ ਨਹੀਂ ਪਾ ਰਿਹਾ, ਪੀਸਿਆ ਹੋਇਆ ਧਨੀਆ ਮੇਰੇ ਕੋਲ ਹੈ ਹੀ ਨਹੀਂ, ਤੇ ਇਸ ਵਜ੍ਹਾ ਤੋਂ ਮੈਂ ਬਗੈਰ ਧਨੀਆ ਤੋਂ ਹੀ ਚਾਵਲ ਜਿਹੜੇ ਨਾ ਉਹ ਬਣਾਉਣੇ ਨੇ।
ਔਰ ਬਿਹਤਰੀਨ ਜ਼ਾਇਕਾ ਆਏਗਾ ਔਰ ਬਿਹਤਰੀਨ ਚਾਵਲ ਵੀ ਬਣਨਗੇ ਇਨਸ਼ਾਅੱਲਾ। ਆਲੂ ਜਿਹੜੇ ਅਸੀਂ ਵਿੱਚ ਪਾਏ ਨੇ ਨਾ ਜੀ, ਆਲੂ ਸਾਡੇ ਹਾਫ ਇੱਥੇ ਕੁੱਕ ਹੋ ਜਾਣੇ ਆ, ਜਦੋਂ ਅਸੀਂ ਇਹਦੇ ਵਿੱਚ ਪਾਣੀ ਪਾਉਣਾ ਵਾ 25% ਉਦੋਂ ਕੁੱਕ ਹੋ ਜਾਣੇ ਨੇ ਉਹਦੇ ਬੋਇਲ ਆਉਣ ਤੀਕਰ, ਔਰ ਜਦੋਂ ਅਸੀਂ ਵਿੱਚ ਚਾਵਲ ਪਾਉਣੇ ਨੇ ਫਿਰ 25% ਚਾਵਲਾਂ ਦੇ ਨਾਲ ਪੱਕ ਜਾਣਗੇ ਅਤੇ ਬਿਹਤਰੀਨ ਜਿਹੜੇ ਨਾ ਚਾਵਲ ਬਣਨਗੇ। ਪਹਿਲੇ ਵਾਲਾ ਸਾਡਾ ਪਾਣੀ ਜਿਹੜਾ ਨਾ ਜੀ ਉਹ ਹੋ ਗਿਆ ਖੁਸ਼ਕ, ਹੁਣ ਅਸੀਂ ਪਾਣੀ ਇਹਦੇ ਵਿੱਚ ਤਕਰੀਬਨ 2.5 ਗਲਾਸ ਪਾਣੀ ਦੇ ਪਾਵਾਂਗੇ। 1, 2 ਔਰ ਇਹ ਵਾਲਾ 2.5। ਇਹਨੂੰ ਅਸੀਂ ਫੁੱਲ ਆਂਚ 'ਤੇ ਜਿਹੜਾ ਨਾ ਜੀ ਉਬਾਲਾ ਦਿਆਂਗੇ। ਅੱਛਾ, ਇੱਥੇ ਅਸੀਂ ਹਾਲੇ ਇਹਦਾ ਨਮਕ ਜਿਹੜਾ ਨਾ ਜੀ ਨਹੀਂ ਚੈੱਕ ਕਰਨਾ, ਜਿੰਨੀ ਦੇਰ ਅਸੀਂ ਇਹਦੇ ਵਿੱਚ ਚਾਵਲ ਨਹੀਂ ਪਾ ਲੈਣੇ ਅਸੀਂ ਇਹਦਾ ਨਮਕ ਜਿਹੜਾ ਨਾ ਚੈੱਕ ਨਹੀਂ ਕਰਨਾ। ਜਦੋਂ ਚਾਵਲ ਪਾਵਾਂਗੇ ਉਸ ਤੋਂ ਬਾਅਦ ਨਮਕ ਚੈੱਕ ਕਰਾਂਗੇ, ਫਿਰ ਸਾਨੂੰ ਅੰਦਾਜ਼ਾ ਹੋਏਗਾ। ਜਿੰਨੀ ਦੇਰ ਪਾਣੀ ਨੂੰ ਬੋਇਲ ਆਉਂਦਾ ਪਿਆ ਨਾ ਜੀ, ਉਨੀ ਦੇਰ ਤੀਕਰ ਅਸੀਂ ਚਾਵਲਾਂ ਦਾ ਪਾਣੀ ਜਿਹੜਾ ਨਾ ਉਹ ਰਿਮੂਵ ਕਰ ਦਿੰਦੇ ਹਾਂ ਜਿਹੜਾ ਥੋੜ੍ਹਾ ਬਹੁਤ ਵਿੱਚ ਬਚ ਗਿਆ, ਬਾਕੀ ਤਾਂ ਚਾਵਲਾਂ ਨੇ ਪੀ ਲਿਆ ਪਾਣੀ। ਹਾਂਜੀ, ਚਾਵਲ ਜਿਹੜੇ ਨਾ ਜੀ ਇੱਥੇ ਰੱਖ ਦਿੰਦੇ ਹਾਂ ਔਰ ਪਾਣੀ ਨੂੰ ਜਿਹੜਾ ਨਾ ਜੀ ਬੋਇਲ ਆਉਣਾ ਸ਼ੁਰੂ ਹੋ ਗਿਆ, ਲੇਕਿਨ ਥੋੜ੍ਹਾ ਜਿਹਾ ਹੋਰ ਵੇਟ ਕਰਨਾ ਕਿਉਂਕਿ ਅਸੀਂ ਪਾਣੀ ਨੂੰ ਫੁੱਲ ਬੋਇਲ ਜਿੰਨੀ ਦੇਰ ਨਹੀਂ ਆਉਂਦਾ ਨਾ ਉਨੀ ਦੇਰ ਚਾਵਲ ਨਹੀਂ ਪਾਉਣੇ। ਪਾਣੀ ਅਲਹਮਦੁਲਿਲਾ ਜੀ ਫੁੱਲ ਬੋਇਲ ਹੋਣ ਲੱਗ ਪਿਆ ਵਾ, ਹੁਣ ਇਹਦੇ ਵਿੱਚ ਜਿਹੜੇ ਨਾ ਜੀ ਚਾਵਲ ਐਡ ਕਰ ਦਿੰਦੇ। ਚਾਵਲ ਪਾ ਕੇ ਨਾ ਜੀ ਅਸੀਂ ਇਹਦੇ ਉੱਤੇ ਢੱਕਣ ਰੱਖ ਦਿੰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਅਸੀਂ ਇਹਦਾ ਨਮਕ ਜਿਹੜਾ ਨਾ ਉਹ ਚੈੱਕ ਕਰ ਲੈਂਦੇ ਹਾਂ ਜੀ। ਨਮਕ ਥੋੜ੍ਹਾ ਜਿਹਾ ਘੱਟ ਸੀ ਜੀ, ਮੈਂ ਪੂਰਾ ਕਰ ਦਿੱਤਾ, ਮੇਰੇ ਕੋਲ ਕੈਮਰਾ ਫੜਨ ਵਾਲਾ ਕੋਈ ਨਹੀਂ ਸੀ ਇਸ ਵਜ੍ਹਾ ਤੋਂ, ਫਿਰ ਮੈਂ ਨਾ ਵਿਦਆਊਟ ਕੈਮਰਾ ਹੀ ਨਮਕ ਪੂਰਾ ਕਰ ਲਿਆ। ਔਰ ਹੁਣ ਇਹਦੇ 'ਤੇ ਢੱਕਣ ਜਿਹੜਾ ਨਾ ਜੀ ਉਹ ਲਾ ਦਿੰਦੇ ਹਾਂ। 1.5 ਤੋਂ 2 ਮਿੰਟ ਅਸੀਂ ਇਹਨੂੰ ਢੱਕਣ ਨਾਲ ਫੁੱਲ ਆਂਚ 'ਤੇ ਪਕਾਉਣਾ ਵਾ, ਔਰ ਉਸ ਤੋਂ ਬਾਅਦ ਫਿਰ ਇਹਨੂੰ ਦਮ 'ਤੇ ਲਾ ਦੇਣਾ। 1.5 ਤੋਂ 2 ਮਿੰਟ ਹੋ ਗਏ ਨੇ ਜੀ, ਔਰ ਚਾਵਲ ਸਾਡੇ ਜਿਹੜੇ ਨੇ ਜੀ ਇਸ ਕੰਡੀਸ਼ਨ ਵਿੱਚ ਪਹੁੰਚ ਗਏ ਨੇ, ਅਲਹਮਦੁਲਿਲਾ ਅਲਹਮਦੁਲਿਲਾ। ਹੁਣ ਆਂਚ ਜਿਹੜੀ ਹੈ ਨਾ ਜੀ ਅਸੀਂ ਇਹਦੀ ਅੱਗ ਜਿਹੜੀ ਹੈ ਨਾ ਉਹ ਦਮ ਵਾਲੀ ਲਾ ਦੇਣੀ ਹੈ। ਔਰ ਬਗੈਰ ਪੌਣੇ ਤੋਂ ਹੀ ਅਸੀਂ ਇਹਨੂੰ ਦਮ ਲਾ ਦੇਣਾ ਹੈ ਜੀ। ਜਿੰਨੀ ਦੇਰ ਚਾਵਲ ਦਮ 'ਤੇ ਲੱਗੇ ਹੋਏ ਨੇ ਉਨੀ ਦੇਰ ਦੂਸਰੇ ਮੋਬਾਈਲ 'ਤੇ ਆਪਣੇ ਵਾਲੀ ਵੀਡੀਓ ਜਿਹੜੀ ਹੈ ਨਾ ਜੀ ਉਹਦੀ ਐਡੀਟਿੰਗ ਕਰ ਲੈਂਦਾ ਵਾਂ। ਟਾਈਮ ਜਿਹੜਾ ਨਾ ਜੀ ਤਕਰੀਬਨ 8 ਵਜਣ ਵਿੱਚੋਂ 8 ਮਿੰਟ ਰਹਿ ਗਏ ਨੇ, ਅਸੀਂ 8:50 'ਤੇ ਦਮ ਜਿਹੜਾ ਨਾ ਉਹ ਲਾ ਦੇਣਾ ਵਾ, ਔਰ ਚਾਵਲ ਸਾਡੇ ਰੈਡੀ ਹੋ ਜਾਣਗੇ। ਹਾਂਜੀ, ਅਲਹਮਦੁਲਿਲਾ ਵੀਡੀਓ ਜਿਹੜੀ ਹੈ ਨਾ ਜੀ ਮੈਂ ਐਡਿਟ ਕਰ ਲਈ ਹੋਈ ਹੈ, ਔਰ ਟਾਈਮ ਜਿਹੜਾ ਨਾ ਜੀ ਉਹ ਵੀ ਹੋ ਗਿਆ ਤਕਰੀਬਨ 8:06, 1 ਮਿੰਟ ਉੱਤੇ ਹੋ ਗਿਆ। ਅਤੇ ਜਲਦੀ ਜਲਦੀ ਜਿਹੜਾ ਨਾ ਜੀ ਇਹਦਾ ਚੁੱਲ੍ਹਾ ਕਰ ਦਿੰਦੇ ਹਾਂ ਬੰਦ, ਔਰ ਪਹਿਲਾਂ ਦੀਦਾਰ ਜਿਹੜਾ ਨੇ ਜੀ ਤੁਹਾਨੂੰ ਕਰਾਉਣਾ। ਮਾਸ਼ਾਅੱਲਾ ਮਾਸ਼ਾਅੱਲਾ ਸੁਬਹਾਨੱਲਾ ਜੀ ਸੁਬਹਾਨੱਲਾ ਸੁਬਹਾਨੱਲਾ। ਹਾਂਜੀ, ਅਲਹਮਦੁਲਿਲਾ ਡਿਸ਼ ਆਊਟ ਕਰਨੇ ਆ ਜੀ ਚਾਵਲ ਨੂੰ। ਮਾਸ਼ਾਅੱਲਾ ਸੁਬਹਾਨੱਲਾ, ਇਹ ਦੇਖੇ ਜੀ ਫੁੱਲ ਜੂਸੀ ਜੂਸੀ ਚਾਵਲ ਨੇ, ਫੁੱਲ ਔਰ ਬਿਲਕੁਲ ਖੜੇ ਖੜੇ ਅਲੱਦ ਅਲੱਦ ਚਾਵਲ ਨੇ ਸਾਰੇ ਜੀ। ਜ਼ਰੂਰਤ ਪੈ ਗਈ ਤਾਂ ਫਿਰ ਹੋਰ ਲੈ ਲਾਂਗੇ, ਨਹੀਂ ਤਾਂ ਫਿਰ ਇਹ ਤਾਂ ਖਾਵੀਏ ਨਾ। ਹਾਲੇ ਮੈਂ 4 ਪਾਈ, ਵਿਚਾਰੀ ਵੀ ਕੋਈ ਨਹੀਂ ਹੈ, ਬਸ ਖਾਲੀ ਪਾਣੀ ਰਹਿ ਗਏ ਕਿ ਨਾ ਚਾਵਲ ਖਾਂਦੇ ਹਾਂ। ਪਹਿਲੇ ਚਾਹ ਬਣਾਉਣ ਲੱਗਾ ਸੀ ਲੇਕਿਨ ਪੱਤੀ ਖਤਮ ਹੋਈ ਵੀ ਹੈ, ਹੁਣ ਚਾਹ ਦਾ ਇਰਾਦਾ ਜਿਹੜਾ ਨਾ ਜੀ ਕੈਂਸਲ ਕਰ ਦਿੱਤਾ, ਖਾਲੀ ਦੁੱਧ ਗਰਮ ਕਰਕੇ ਹੀ ਥੋੜ੍ਹੀ ਦੇਰ ਬਾਅਦ ਪੀ ਲਾਂਗੇ। ਪਹਿਲੇ ਚਾਵਲ ਖਾਂਦੇ ਹਾਂ ਜੀ, ਫਿਰ ਥੋੜ੍ਹਾ ਜਿਹਾ ਵਕਫਾ ਕਰਾਂਗੇ, ਔਰ ਉਸ ਤੋਂ ਬਾਅਦ ਫਿਰ ਦੁੱਧ ਗਰਮ ਕਰਕੇ ਨਾ ਥੋੜ੍ਹਾ ਬਹੁਤ ਪੀ ਲਾਂਗੇ, ਬਾਕੀ ਫਰਿੱਜ 'ਚ ਰੱਖ ਦਿਆਂਗੇ। ਇੱਕ ਲੈ ਲਿਆ ਜੀ ਚਮਚ, ਔਰ ਇਹ ਥੋੜ੍ਹਾ ਜਿਹਾ ਛੋਟੇ ਜਿਹੇ ਬਰਤਨ 'ਚ ਨਾ ਪਾਣੀ ਲੈ ਲਿਆ, ਕਿਉਂਕਿ ਬਾਰ ਬਾਰ ਫਿਰ ਉੱਠ ਕੇ ਪਾਣੀ ਨਹੀਂ ਲਿਆ ਜਾਂਦਾ। ਔਰ ਉੱਧਰ ਵੀਡੀਓ ਮੇਰੀ ਜਿਹੜੀ ਹੈ ਨਾ ਐਕਸਪੋਰਟ 'ਤੇ ਲੱਗੀ ਹੋਈ ਹੈ ਜੀ, ਐਕਸਪੋਰਟ ਹੋਏਗੀ ਔਰ ਉਸ ਤੋਂ ਬਾਅਦ ਫਿਰ ਅਪਲੋਡ ਹੋਏਗੀ। ਕੀ ਹੋਈ ਹੈ ਜੀ, ਪ੍ਰੋਗਰਾਮ ਲੱਗਿਆ ਹੋਇਆ ਨਿਊਜ਼ ਦਾ, ਔਰ ਚਾਵਲ ਖਾਂਦੇ ਹਾਂ ਨਾਲ ਨਾਲ, ਉਹ ਵੀ ਵੇਖਦੇ ਹਾਂ।
ਔਰ ਆਪਣੀ ਵੀਡੀਓ ਜਿਹੜੀ ਹੈ ਨਾ ਉਹਨੂੰ ਅਪਲੋਡ ਕਰਨਾ ਵਾ, ਉਹਦਾ ਥੰਬਨੇਲ ਟਾਈਟਲ ਵਗੈਰਾ ਸਭ ਕੁਝ ਕਰਨਾ ਵਾ, ਤਕਰੀਬਨ 8.25 ਹੋ ਗਏ ਨੇ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ 9 ਵਜੇ ਤੋਂ ਪਹਿਲੇ ਪਹਿਲੇ ਵੀਡੀਓ ਜਿਹੜੀ ਹੈ ਨਾ ਅਪਲੋਡ ਕਰ ਲਵਾਂ, ਅਤੇ ਇਹ ਸਾਰਾ ਜਿਹੜਾ ਨਾ ਜੀ ਕਰਨੇ ਆ। ਔਰ ਸਭ ਤੋਂ ਪਹਿਲੇ ਜੀ ਤੁਹਾਨੂੰ ਚਾਵਲ ਜਿਹੜੇ ਨਾ ਉਹ ਦਿਖਾਉਣਾ ਵਾ, ਮਾਸ਼ਾਅੱਲਾ ਜੀ ਕਿਆ ਬਾਤ। ਚੈੱਕ ਕਰਨੇ ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਵਿਡਿਆਈ ਵਿਡਿਆਈ ਨਹੀਂ ਲੈ ਰਿਹਾ ਮੈਂ, ਉਹ ਕੋਈ ਬਣਾਈ ਵੀ ਨਹੀਂ ਆਪਣੀ ਬਿਆਨ ਕਰਦਾ ਪਿਆ, ਲੇਕਿਨ ਜਿਸ ਤਰ੍ਹਾਂ ਮੈਂ ਚਾਵਲ ਬਣਾਏ ਨੇ ਨਾ ਤੁਸੀਂ ਬਣਾ ਕੇ ਚੈੱਕ ਕਰਿਆ ਜੇ, ਔਰ ਮੇਰੇ ਕੋਲ ਮਸਾਲੇ ਕਾਫੀ ਜ਼ਿਆਦਾ ਘੱਟ ਸੀ, ਮਤਲਬ ਇਹਦੇ 'ਚ ਇਮਲੀ ਵੀ ਪੈ ਸਕਦੀ ਸੀ, ਇਹਦੇ ਵਿੱਚ ਹੋਰ ਵੀ ਕਾਫੀ ਸਾਰੀ ਚੀਜ਼ਾਂ ਪੈਣੀਆਂ ਸਨ, ਮੈਂ ਨਹੀਂ ਪਾਈਆਂ, ਮੈਂ ਬਿਲਕੁਲ ਸਾਦੇ ਬਗੈਰ ਨਹੀਂ, ਕਿਉਂਕਿ ਮੇਰਾ ਮੈਦਾ ਇਸ ਤਰ੍ਹਾਂ ਦਾ ਹੈ ਮੈਂ ਜ਼ਿਆਦਾ ਮਿਰਚ ਮਸਾਲੇ ਨਹੀਂ ਖਾ ਸਕਦਾ, ਅਤੇ ਤੁਸੀਂ ਜ਼ਰੂਰ ਖਾ ਕੇ ਟਰਾਈ ਕਰਕੇ ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਮੈਂ ਪਕਾਏ ਨੇ। ਇੱਕ ਪਲੇਟ ਚਾਵਲਾਂ ਦੀ ਖਾ ਲਈ ਹੈ ਜੀ, ਹੋਰ ਲੈਣ ਵਾਸਤੇ ਫਿਰ ਇੱਧਰ ਆ ਗਿਆ ਜੀ, ਔਰ ਤੁਸੀਂ ਚੈੱਕ ਕਰ ਸਕਦੇ ਹੋ ਥੱਲੇ ਵੀ ਬਿਲਕੁਲ ਚਾਵਲ ਜਿਹੜੇ ਇੰਨਾ ਲੱਗੇ ਲੁਕੇ ਨਹੀਂ ਹੈਗੇ, ਇਸ ਹਿਸਾਬ ਨਾਲ ਅਸੀਂ ਚੁੱਲ੍ਹਾ ਬੰਦ ਕਰਨਾ। ਚਾਵਲਾਂ ਦੇ ਨਾਲ ਨਾ ਜੀ ਰਾਇਤਾ ਹੁੰਦਾ, ਨਾਲ ਸੈਲਡ ਹੁੰਦਾ, ਨਾਲ ਲੱਸੀ ਹੁੰਦੀ ਨਾ, ਅਤੇ ਹੋਰ ਮਜ਼ਾ ਆਵੇ ਆ, ਲੇਕਿਨ ਮੇਰੇ ਕੋਲ ਸਿਰਫ ਸਾਦਾ ਪਾਣੀ ਹੈ ਜੀ ਔਰ ਨਾਲ ਚਾਵਲ ਨੇ, ਬਹੁਤ ਮਜ਼ਾ ਆ ਰਿਹਾ ਵੈਸੇ ਚਾਵਲਾਂ ਦਾ ਜੀ, ਬਹੁਤ ਖਾਲੀ ਮਜ਼ਾ ਆ ਰਿਹਾ। ਸ਼ੁਕਰ ਅੱਲਾ ਅਲਹਮਦੁਲਿਲਾ ਜੀ, ਚਾਵਲ ਸ਼ਾਵਲ ਜਿਹੜੇ ਨੇ ਜੀ ਮੁਕਾ ਲਏ ਨੇ, ਫਿਲਹਾਲ 2 ਪਲੇਟਾਂ ਮੈਂ ਚਾਵਲਾਂ ਦੀਆਂ ਜਿਹੜੀਆਂ ਨਾ ਜੀ ਉਹ ਖਾਣੀਆਂ ਨੇ। ਫਿਲਹਾਲ ਹੁਣ ਜਿਹੜੇ ਨੇ ਜੀ 4 ਪਾਈ ਸੈੱਟ ਕਰ ਲੈਂਦੇ ਹਾਂ, ਬਿਸਤਰਾ ਬੁਸਤਰਾ ਜਿਹੜਾ ਨਾ ਸੈੱਟ ਕਰ ਦਿੰਦੇ ਹਾਂ, ਔਰ ਲੇਟ ਹੋ ਗਈ ਮੇਰੀ ਵੀਡੀਓ ਜੀ ਕਿਉਂਕਿ ਐਕਸਪੋਰਟ ਹੋਣ 'ਤੇ ਨਾ ਅੱਜ ਬਹੁਤ ਜ਼ਿਆਦਾ ਟਾਈਮ ਲੱਗਦਾ ਪਿਆ ਵਾ, ਹਾਲੇ ਤਕਰੀਬਨ 44% ਹੋਈ ਆ ਔਰ ਕਾਫੀ ਦੇਰ ਲੱਗਦੀ ਪਈ ਆ, ਪਹਿਲੇ ਇੰਨੀ ਦੇਰ ਨਹੀਂ ਲੱਗਦੀ। ਪੱਖਾ ਚਲਾ ਦਿੱਤਾ ਜੀ, ਪਹਿਲੇ ਚੱਲਦਾ ਪਿਆ ਫਿਲਹਾਲ, ਔਰ 4 ਪਾਈ ਆਪਣੀ ਸੈੱਟ ਹੋ ਗਈ। ਗਰਮੀਆਂ ਦੇ ਇੰਨੇ ਕੀ ਬਿਸਤਰਾ ਹੁੰਦਾ ਵਾ, ਇੱਕ ਥੱਲੇ ਚਾਦਰ ਵਿਛਾਈ ਆ ਤਾਂ ਕਿ 4 ਪਾਈ ਜਿਹੜੀ ਹੈ ਨਾ ਉਹ ਲੱਗੇ ਨਾ, ਔਰ ਇੱਕ ਛੋਟਾ ਜਿਹਾ ਕੰਬਲ, ਬਰੀਕ ਜਿਹਾ ਬਿਲਕੁਲ ਕੰਬਰ ਨੁਮਾ ਇੱਕ ਨਾ ਚਾਦਰ ਜੀ ਹੈ, ਇਹ ਵਾਲਾ ਜਿਹੜਾ ਨੇ ਜੀ ਰੱਖ ਲਿਆ ਮੈਂ ਪੈਰਾਂ 'ਚ, ਅਗਰ ਰਾਤ ਨੂੰ ਜ਼ਰੂਰਤ ਪੈਂਦੀ ਆ ਉੱਤੇ ਲੈਣ ਦੀ ਤਾਂ ਉੱਤੇ ਬੰਦਾ ਲੈ ਲੈਂਦਾ ਵਾ, ਅਗਰ ਬਿਜਲੀ ਚਲੀ ਜਾਂਦੀ ਆ ਮੱਛਰ ਕੱਟਦਾ ਫਿਰ ਬੰਦਾ ਲੈ ਲੈਂਦਾ ਵਾ, ਅਗਰ ਸਰਦੀ ਲੱਗਦੀ ਫਿਰ ਬੰਦਾ ਲੈ ਲੈਂਦਾ, ਮਤਲਬ ਕੋਈ ਵੀ ਰੀਜ਼ਨ ਹੈ, ਚਾਦਰ ਨੁਮਾ ਕੰਬਲ ਜਿਹੜਾ ਨਾ ਜੀ ਸਾਡੇ ਕੋਲ ਮੌਜੂਦ ਹੈ। ਅੱਛਾ ਹੁਣ ਇਸ ਤੋਂ ਬਾਅਦ ਜੀ ਸਾਡੇ ਕੋਲ ਜਿਹੜਾ ਦੂਸਰਾ ਕੰਮ ਹੈ ਨਾ ਜੀ ਉਹ ਇਹ ਹੈ ਕਿ ਅਸੀਂ ਤਾਲੇ ਮਾਰ ਦੇਈਏ, ਹੁਣ ਅਸੀਂ ਬਾਹਰ ਕੋਈ ਨਹੀਂ ਜਾਣਾ, ਅਤੇ ਤਾਲੇ ਸਾਲੇ ਜਿਹੜੇ ਨੇ ਜੀ ਉਹ ਸਾਰੇ ਕੰਪਲੀਟ ਕਰ ਲੈਂਦੇ ਹਾਂ। ਅਲਹਮਦੁਲਿਲਾ ਜੀ ਤਾਲੇ ਸਾਲੇ ਮਾਰ ਦਿੱਤੇ ਨੇ ਜੀ, ਹੁਣ ਸਿਰਫ ਔਰ ਸਿਰਫ ਸੋਣਾ ਹੈ, ਇਹ ਵਾਲਾ ਵੀ ਜਿਹੜਾ ਨਾ ਜੀ ਕੁੰਡਾ ਲਾ ਦਿੰਦੇ ਹਾਂ, ਔਰ ਫਿਲਹਾਲ ਇਹ ਵੀ ਕੁੰਡਾ ਲਾ ਦਿੰਦੇ ਹਾਂ ਜੀ। ਹੁਣ ਜੀ ਵੀਡੀਓ ਐਕਸਪੋਰਟ ਹੋਣ ਦਾ ਇੰਤਜ਼ਾਰ ਕਰਨੇ ਹੈ, ਜਦੋਂ ਵੀਡੀਓ ਐਕਸਪੋਰਟ ਹੋ ਜਾਏਗੀ, ਹਾਲੇ ਕਿੰਨੀ ਹੋਈ ਹੈ ਜੀ ਚੈੱਕ ਕਰੋ, 52%, ਵੀਡੀਓ ਜਦੋਂ ਐਕਸਪੋਰਟ ਹੋਏਗੀ ਫਿਰ ਇਹਨੂੰ ਅਪਲੋਡ 'ਤੇ ਲਾਉਣਾ ਵਾ, ਫਿਰ ਇਹਦਾ ਥੰਬਨੇਲ ਬਣਾਉਣਾ ਵਾ, ਫਿਰ ਇਹਦਾ ਟਾਈਟਲ ਦੇਣਾ ਵਾ, ਟੈਗ ਲਾਉਣਾ ਵਾ, ਡਿਸਕ੍ਰਿਪਸ਼ਨ ਲਾਉਣੀ ਆ, ਕਾਫੀ ਸਾਰਾ ਕੰਮ ਹੁੰਦਾ ਯਾਰ ਯੂਟਿਊਬ ਦਾ, ਉਹ ਸਭ ਕੁਝ ਹਾਲੇ ਤੀਕਰ ਕਰਨਾ ਯਾਰ, ਮੇਰਾ ਕੋਲ ਟਾਈਮ ਜਿਹੜਾ ਨਾ ਕਾਫੀ ਜ਼ਿਆਦਾ ਸ਼ਾਰਟ ਹੁੰਦਾ, 9 ਵੱਜ ਗਏ ਨੇ ਤਕਰੀਬਨ 20 ਮਿੰਟ ਪਏ ਨੇ, ਔਰ ਹਾਲੇ ਮੈਨੂੰ ਉਮੀਦ ਹੈ ਕਿ 20 ਮਿੰਟਾਂ 'ਚ ਸਿਰਫ ਐਕਸਪੋਰਟ ਹੋਏਗੀ, 9 ਵਜੇ ਅਪਲੋਡ 'ਤੇ ਲੱਗੇਗੀ, ਫਿਰ ਇਹਨੇ ਤਕਰੀਬਨ ਕੋਈ ਅੱਧਾ 1.5 ਘੰਟਾ ਅਪਲੋਡ ਹੋਣ 'ਤੇ ਲੈਣਾ ਵਾ, ਔਰ ਉਸ ਤੋਂ ਬਾਅਦ ਫਿਰ ਟਾਈਟਲ ਟੈਗ ਡਿਸਕ੍ਰਿਪਸ਼ਨ, ਔਰ ਸਭ ਤੋਂ ਮੁਸ਼ਕਲ ਕੰਮ ਜਿਹੜਾ ਨਾ ਜੀ ਉਹ ਥੰਬਨੇਲ ਦਾ ਹੁੰਦਾ ਵਾ, ਕਿਉਂਕਿ ਥੰਬਨੇਲ ਕੱਢਣਾ ਢੂੰਢਣਾ ਲਾਉਣਾ ਬਣਾਉਣਾ ਉਹ ਸਭ ਤੋਂ ਜ਼ਿਆਦਾ ਮਿਹਨਤ ਵਾਲਾ ਕੰਮ ਹੈ, ਬਾਕੀ ਸਾਰੇ ਆਸਾਨ ਨੇ, ਥੰਬਨੇਲ ਔਖਾ ਵਾ। ਅਤੇ ਚਲੋ ਜੀ ਹੁਣ ਸੌਂਦੇ ਹਾਂ, ਫਿਲਹਾਲ
ਇਹ ਵੀਡੀਓ ਜਿਹੜੀ ਹੈ ਨਾ ਜੀ ਇਹ ਕੰਟੀਨਿਊ ਕਰਦੇ ਹਾਂ, ਸੁਬਹਾ ਨਾਸ਼ਤਾ ਇਹਦੇ ਵਿੱਚ ਸ਼ਾਮਿਲ ਕਰਕੇ ਇਹਨਾਂ 'ਤੇ ਵੀਡੀਓ ਮੁਕੰਮਲ ਕਰਾਂਗੇ ਇਨਸ਼ਾਅੱਲਾ। ਟਾਈਮ ਜਿਹੜਾ ਨਾ ਜੀ 9:15 ਦਾ ਹੋ ਗਿਆ ਔਰ ਮੈਂ ਹਾਲੇ ਤੀਕਰ ਵੀਡੀਓ ਜਿਹੜੀ ਹੈ ਨਾ ਅਪਲੋਡ ਕਰਦਾ ਫਿਰਨਾ ਵਾਂ। ਛੱਤ 'ਤੇ ਆਇਆ ਹੋਇਆ, ਛੱਤ 'ਤੇ ਵੀ ਸਿਗਨਲ ਜਿਹੜਾ ਇੰਨਾ ਠੀਕ ਨਹੀਂ ਆ ਰਿਹਾ ਔਰ ਵੀਡੀਓ ਜਿਹੜੀ ਹੈ ਨਾ ਅਪਲੋਡ ਨਹੀਂ ਹੋ ਰਹੀ। ਬਹਰਹਾਲ ਕੋਸ਼ਿਸ਼ ਤਾਂ ਮੇਰੀ ਹੈ, ਇੱਕ ਘੰਟਾ ਜਿਹੜਾ ਨਾ ਉਹ ਮੰਗਦੀ ਵੀ ਹੈ ਕਿ ਇੱਕ ਘੰਟੇ ਬਾਅਦ ਵੀਡੀਓ ਅਪਲੋਡ ਹੋਏਗੀ। ਨੈਟਵਰਕ ਜਿਹੜਾ ਨਾ ਬਹੁਤ ਜ਼ਿਆਦਾ ਕਮਜ਼ੋਰ ਆਉਂਦਾ ਪਿਆ, ਪਰ ਹਾਲ ਕੋਸ਼ਿਸ਼ ਜਾਰੀ ਹੈ ਇਨਸ਼ਾਅੱਲਾ। 10 ਵਜੇ ਤੱਕ ਵੀ ਅਗਰ ਅਪਲੋਡ ਹੋ ਗਈ ਤਾਂ ਮੈਂ ਇਹਨੂੰ ਪਬਲਿਕ ਕਰ ਦੇਣਾ ਵਾਂ, ਔਰ ਅਗਰ ਜ਼ਿਆਦਾ ਦੇਰ ਲੱਗੀ ਤਾਂ ਫਿਰ ਇਨਸ਼ਾਅੱਲਾ ਕੱਲ੍ਹ 12 ਵਜੇ ਪਬਲਿਕ ਕਰਾਂਗਾ। ਇੱਕ ਵੀਡੀਓ ਅਸੀਂ ਅਪਲੋਡ ਕਰਨੀ ਹੁੰਦੀ ਤਾਂ ਸਾਨੂੰ ਉਹ ਵੀ ਵਕਤ ਵਿਆਹ ਹੁੰਦਾ, ਸਾਡੇ ਨੈਟਵਰਕ ਇਸ ਤਰ੍ਹਾਂ ਦੇ ਹੈਗੇ ਨੇ। ਕੀ ਕਰੀਏ, ਅੱਜ ਥੋੜ੍ਹਾ ਜਿਹਾ ਮੌਸਮ ਖਰਾਬ ਹੋਇਆ, ਬਾਰਿਸ਼ ਆਈ ਹੈ, ਹਲਕੀ ਜਿਹੀ ਹਨੇਰੀ ਆਈ ਹੈ ਅਤੇ ਨੈੱਟ ਜਿਹੜਾ ਨਾ ਉਹ ਸਹੀ ਨਹੀਂ ਚੱਲਦਾ ਪਿਆ। ਫਿਲਹਾਲ ਹਾਲੇ ਤੀਕਰ ਵੀ ਹੌਰਸ ਰਿਮੇਨਿੰਗ 1 ਆਵਰ ਜਿਹੜਾ ਨਾ ਜੀ ਮੰਗਦਾ ਪਿਆ। ਚਲੋ ਜੀ ਬਹਰਹਾਲ ਵੇਖਦੇ ਹਾਂ ਕਿੰਨੀ ਦੇਰ ਲੱਗਦੀ ਹੈ, ਕਿੰਨੀ ਦੇਰ ਨਹੀਂ ਲੱਗਦੀ, ਫਿਰ ਉਸ ਤੋਂ ਬਾਅਦ ਥੱਲੇ ਜਾਵਾਂਗੇ। ਥੱਲੇ ਮੈਂ ਐਲ ਈ ਡੀ ਲਾਈ ਹੋਈ ਹੈ ਜੀ, ਚਲਦੀ ਪਈ ਆ, ਬੈਠਾ ਹੋਇਆ ਸੀ ਅਤੇ ਹੁਣ ਐਕਸਪੋਰਟ ਖਤਮ ਹੋਈ ਹੈ ਨਾ ਅਤੇ ਮੈਂ ਉੱਤੇ ਆ ਗਿਆ। ਮੈਂ ਕਿਹਾ ਵੀ ਚਲੋ ਨਾ ਵੇਖਦੇ ਹਾਂ, ਅਤੇ ਹੁਣ ਜਿਹੜਾ ਨਾ ਜੀ ਉਹ ਤਕਰੀਬਨ ਪਹਿਲੇ 2 ਘੰਟੇ ਦੱਸਦਾ ਪਿਆ ਸੀ, ਹੁਣ ਫਿਰ 1 ਘੰਟੇ 'ਤੇ ਆ ਗਿਆ। 3 ਘੰਟੇ ਤਾਂ ਚੈੱਕ ਕਰੋ ਜੀ, 3 ਘੰਟੇ ਰਿਮੇਨਿੰਗ। ਵੇਰੀਏਸ਼ਨ ਜਿਹੜੀ ਹੈ ਨਾ ਜੀ ਚਲਦੀ ਪਈ ਆ, ਪਰ ਹਾਲ ਕੋਸ਼ਿਸ਼ ਕਰਨੇ ਆ ਜੇ ਅਗਰ ਹੋ ਜਾਵੇ ਤਾਂ ਫਿਰ ਠੀਕ ਹੈ, ਨਹੀਂ ਤਾਂ ਫਿਰ ਅੱਲਾ ਬਾਰਸ। ਵੈਲਕਮ ਬੈਕ ਜੀ, ਵੈਲਕਮ ਬੈਕ ਹੋ ਗਿਆ। ਸੁਬਹਾ ਦਾ ਨਾਸ਼ਤਾ ਵਗੈਰਾ ਜਿਹੜਾ ਨਾ ਜੀ ਉਹ ਮੈਂ ਕਰ ਲਿਆ ਵਾ। ਨਾਸ਼ਤਾ ਕੀ ਕੀਤਾ ਵਾ, ਨਾਸ਼ਤਾ ਉਹੀ ਕੀਤਾ ਜਿਹੜਾ ਰਾਤੀ ਖਾਧਾ ਸੀ, ਹੋਰ ਕੁਛ ਸਪੈਸ਼ਲ ਚੀਜ਼ ਹੈ ਨਹੀਂ ਸੀ ਜਿਹੜੀ ਕਿ ਮੈਂ ਸ਼ੇਅਰ ਕਰਦਾ, ਮੈਂ ਉਹੀ ਚਾਵਲ ਗਰਮ ਕਰਕੇ ਖਾਧੇ ਨੇ। ਇਸ ਵਜ੍ਹਾ ਤੋਂ ਫਿਰ ਉਹ ਮੈਂ ਕਿਹਾ ਵੀ ਹੁਣ ਕੀ ਸ਼ੇਅਰ ਕਰਾਂ, ਸੁਬਹਾ ਨਾਸ਼ਤਾ ਮੈਂ ਅਗਰ ਅਲੱਗ ਬਣਾਉਂਦਾ ਤਾਂ ਫਿਰ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ। ਟਾਈਮ ਜਿਹੜਾ ਨਾ ਜੀ ਉਹ ਤਕਰੀਬਨ 12 ਦਾ ਹੁੰਦਾ ਪਿਆ ਔਰ ਹੁਣ ਮੈਂ ਉੱਠਿਆ ਵਾਂ, ਬਲਕਿ ਉੱਠ ਤਾਂ ਮੈਂ ਕਾਫੀ ਦੇਰ ਦਾ ਗਿਆ ਵਾਂ, ਲੇਕਿਨ ਨਾਸ਼ਤਾ ਨੁਸ਼ਤਾ ਕੀਤਾ ਵਾ, ਪਿਆ ਰਿਹਾ ਵਾਂ। ਅਤੇ ਹੁਣ ਕੀ ਕਰਨਾ ਵੀ, ਹੁਣ ਹੈਗਾ ਜੁਮਾ ਪੜ੍ਹਨ ਵਾਸਤੇ ਜਾਣਾ ਵਾਂ ਔਰ ਉਹਦੇ ਵਾਸਤੇ ਤਿਆਰੀ ਕਰਨੀ, ਤਿਆਰੀ ਕਰਨ ਵਾਸਤੇ ਨਹਾਉਣਾ ਪੈਣਾ, ਨਹਾਉਣ ਵਾਸਤੇ ਸਾਨੂੰ ਸਾਬਣ ਔਰ ਸ਼ੈਂਪੂ ਦੀ ਜ਼ਰੂਰਤ ਹੁੰਦੀ ਹੈ, ਜਿਹਦੇ ਵਿੱਚ ਸਾਡੇ ਕੋਲ ਸਾਬਣ ਹੈ ਲੇਕਿਨ ਸ਼ੈਂਪੂ ਕੋਈ ਨਹੀਂ ਹੈ। ਸ਼ੈਂਪੂ ਲੈਣ ਵਾਸਤੇ ਬਾਹਰ ਜਾਣਾ ਪਏਗਾ ਜੀ, ਬਾਹਰੋਂ ਸ਼ੈਂਪੂ ਲਿਆ ਕੇ ਆਉਂਦੇ ਹਾਂ ਅਤੇ ਨਹਾਉਂਦੇ ਹਾਂ ਅਤੇ ਫਿਰ ਜਨਾਬ ਜੁਮਾ ਪੜਾਂਗੇ ਔਰ ਉਸ ਤੋਂ ਬਾਅਦ ਫਿਰ ਆਪਣਾ ਵਲੌਗ ਜਿਹੜਾ ਨਾ ਉਹ ਹੀ ਕਰਾਂਗੇ ਸਟਾਰਟ। ਇਹ ਵਾਲਾ ਵਲੌਗ ਜਿਹੜਾ ਨਾ ਇੱਥੇ ਖਤਮ ਕਰਨੇ। ਫਿਲਹਾਲ ਜੀ 12 ਵੱਜ ਗਏ ਨੇ, ਨਹਾਉਂਦੇ ਹਾਂ ਔਰ ਸ਼ੈਂਪੂ ਲੈ ਕੇ ਆਉਂਦੇ ਹਾਂ। ਇਸ ਵੀਡੀਓ ਤੋਂ ਤੁਹਾਡੇ ਕੋਲ ਲੈਣੇ ਇਜਾਜ਼ਤ, ਇਨਸ਼ਾਅੱਲਾ ਮਿਲਾਂਗੇ ਕੱਲ੍ਹ ਇੱਕ ਅੱਛੀ ਜੀ ਪਿਆਰੀ ਜੀ ਯੂਨੀਕ ਜੋ ਮਿੱਠੀ ਜੀ ਵੀਡੀਓ ਦੁਬਾਰਾ ਸਫਦਰ ਹੁਸੈਨ ਉਹਨਾਂ ਦੀ ਪੂਰੀ ਫੈਮਿਲੀ ਨੂੰ ਦਿਓ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਪੰਡਾ ਬਨ ਬਨ ਪਿਆਰ ਅਤੇ ਅੱਲਾ ਹਾਫਿਜ਼। ਕਾਫੀ ਸਾਰੇ ਸਾਡੇ ਭੈਣਾਂ ਭਾਈਆਂ ਨੂੰ ਪੰਡਾ ਬਨ ਬਨ ਪਿਆਰ ਦੀ ਸਮਝ ਨਹੀਂ ਆਉਂਦੀ, ਪੰਜਾਬੀ ਵਿੱਚ ਪੰਡਾ ਬਨ ਬਨ ਪੰਡ ਕਹਿੰਦੇ ਨੇ, ਇੱਕ ਜਿਹੜੀ ਬਹੁਤ ਵੱਡੀ ਗਠੜੀ ਹੋਵੇ ਉਹਨੂੰ ਕਹਿੰਦੇ ਨੇ ਪੰਡ, ਅਤੇ ਗਠੜੀ ਦੇ ਵਿੱਚ ਬਹੁਤ ਕੁਛ ਬੰਦਾ ਜਿਹੜਾ ਨਾ ਜੀ ਉਹ ਭਰ ਸਕਦਾ, ਮਤਲਬ ਕਿਸੇ ਵੀ ਚੀਜ਼ ਦੀ ਗਠੜੀ ਬਣਾ ਸਕਦਾ ਅਤੇ ਉਹ ਬਹੁਤ ਵੱਡੀ ਹੁੰਦੀ ਹੈ। ਠੀਕ ਹੈ ਜੀ, ਉਹ ਜਿਹੜਾ ਆਮ ਤੁਸੀਂ ਵੇਖਿਆ ਹੋਣਾ ਤਸਵੀਰਾਂ ਦੇ ਵਿੱਚ ਨਾ, ਵੱਡਾ ਵੱਡਾ ਕੋਈ ਸਿਰ 'ਤੇ ਉਹਨਾਂ ਨੇ ਚੁੱਕਿਆ ਹੁੰਦਾ ਵਾ, ਵੱਡੇ ਜਿਹੇ ਕੱਪੜੇ ਦੇ ਵਿੱਚ ਬੰਨ ਕੇ ਉਹਨੂੰ ਕਹਿੰਦੇ ਨੇ ਪੰਡ, ਅਤੇ ਉਹ ਪੰਡਾਂ ਬਨ ਬਨ ਪਿਆਰ, ਮਤਲਬ ਇੱਕ ਪੰਡ ਵੀ ਨਹੀਂ ਕਈ ਪੰਡਾਂ, ਏਡੀਆਂ ਵੱਡੀਆਂ ਪਿਆਰ ਦੀਆਂ ਜਿਹੜੀਆਂ ਹੁੰਦੀਆਂ ਨਾ ਉਹ ਮੈਂ ਤੁਹਾਨੂੰ ਭੇਜਣਾ ਵਾਂ, ਅਤੇ ਤੁਸੀਂ ਵੀ ਮੈਨੂੰ ਪੰਡਾ ਬਨ ਬਨ ਪਿਆਰ ਹੀ ਵਾਪਸ ਭੇਜਿਆ ਕਰੋ, ਬਲਕਿ ਪੰਡਾ ਬਨ ਬਨ ਸਬਸਕ੍ਰਾਈਬਰ ਭੇਜਿਆ ਕਰੋ, ਪੰਡਾ ਬਨ ਬਨ ਲਾਈਕ ਭੇਜਿਆ ਕਰੋ, ਪੰਡਾ ਬਨ ਬਨ ਸ਼ੇਅਰ ਕੀਤਾ ਕਰੋ ਵੀਡੀਓ ਨੂੰ, ਤਾਂ ਕਿ ਅਗਲੇ ਲੋਕਾਂ ਤੀਕਰ ਪਹੁੰਚੇ ਔਰ ਉਹ ਵੀ ਇੰਟਰਟੇਨ ਹੋਣ ਔਰ ਸਾਨੂੰ ਵੀ ਫਾਇਦਾ ਹੋਵੇ ਔਰ ਤੁਸੀਂ ਵੀ ਆਪਣੀ ਫੈਮਿਲੀ ਹੋਣ ਦਾ ਸਬੂਤ ਦਿਓ।